कुछ नहीं, यम नहीं आवे नेर, जो तेरे रंग राते स्वामी, तिनका जन्म मन दुख नाता, तेरी बख्श न मिटे कोई, सतगुरु का दिला था, जिनकर रखी मेरी सतगुरु
ਬਾਬਾ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਚ ਬੈਠੀ ਗੁਰੂ ਰੂਪ ਗੁਰੂ ਸਵਾਮੀ ਸਾਧ ਸੰਗਤ ਆਪਣੇ ਸਮੇਂ ਤੇ ਸਾਸਾਂ ਨੂੰ ਸਫਲਿਆ ਕਰਨ ਵਾਸਤੇ ਮਾਈ ਔਰ ਭਾਈ ਸਾਰੇ ਹੀ ਪ੍ਰੇਮੀ ਜਨ ਦੂਰੋਂ ਨੇੜਿਓਂ ਆਪੋ ਆਪਣੀ ਦੁਨਿਆਵੀ ਧੰਦੇ ਧੰਦਾਰਾਂ ਤੋਂ ਛੁਟਕਾਰਾ ਪਾ ਕਰਕੇ ਜੁਗ ਜੁਗ ਪਟਕ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਚ ਪੁੱਜ ਕੇ ਆਪਣੀ ਜ਼ਿੰਦਗੀ ਦੀ ਆਪਣੇ ਜੀਵਨ ਦੀਆਂ ਅਮੁੱਲਕ ਘੜੀਆਂ ਨੂੰ ਗੁਰੂ ਚਰਨਾਂ ਵਿਚ ਲਗਾ ਕੇ ਸਫਲਿਆ ਕਰਨ ਦੀ ਖੇਚਲਾ ਯਾਨੀ ਕਿਰਪਾਲਤਾ ਕਰ ਤਨ ਤਿਆ ਉਤਲਾ ਜਾ ਸਮਾਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿਚ ਲਾਈਏ ਵਿਚਾਰ ਕਰੀਏ ਸੀ ਤੁਸੀਂ ਦੁਨੀਆਂ ਤੇ ਸੰਸਾਰ ਤੇ ਕੀ ਕਰਨ ਵਾਸਤੇ ਆਏ ਹਾਂ ਕਰ ਕੀ ਰਹੇ ਹਾਂ ਸਾਨੂੰ ਕਰਨਾ ਕੀ ਚਾਹੀਦਾ ਹੈ ਸਤਸੰਗ 1,84,00,000 ਯੋਨੀਆਂ ਦਾ ਬਾਦਸ਼ਾਹ 1,84,00,000 ਯੋਨੀਆਂ ਦੀ ਸਰਦਾਰ ਯੋਨੀ ਇਹ ਮਨੁੱਖਾ ਜਨਮ ਇਸ ਜੀਵ ਨੂੰ ਇਸ ਬੰਦੇ ਨੂੰ ਬਹੁਤ ਹੀ ਲੰਬੇ ਹਰਸੇ ਤੋਂ ਬਾਅਦ ਪ੍ਰਾਪਤ ਹੋਇਆ ਇਸ ਮਾਨਵਤਨ ਦਾ ਪ੍ਰਯੋਜਨ ਇਸ ਮਾਨਵਤਨ ਦਾ ਉਦੇਸ਼ ਮਾਨਵਤਾ